नंबर बोलो जी अपना जरा। 0300 0369 69 569 569 नाम हाजी परवेज। हाजी परवेज जिला गोड़ा। जिला गोड़ा जी। ए काला डोले नु पक्का रखना भाई, पैर निकलते निकल जाना। बस अल्लाह दे सपोर्ट। अल्लाह हम मोटा ना बैठे कोई नहीं खैर जमानत दी। ओ जे बीजा ने ना पट्टे फिर छोरा खोरा लाई गए पट्टे पट्टे हम फोन ले आ गया तोड़े नहीं आ सको माड़ा खोए ते खुश पता ना थोड़ा आगे बकी हम दिया कर पुत्रा लसणी तो पई रह गए ते इत्ते करके लाणे आ अस्सलाम वालेकुम जी, कैसे हैं? उम्मीद है खैरियत से होंगे। मैं जुनैद अशरफ मौजूद हूँ जी उकाड़ा में। काफ़ी टाइम से उकाड़ा का शौक नहीं करवाया था आपको, काफ़ी टाइम से। आई थिंक पिछले साल भी शायद, यानी कि 8-9 महीने तो हो चुके होंगे मे बी। अभी आपको उकाड़ा कैलें सीरियल चलेगी इंशाल्लाह। जितने हर्ड होंगे, अच्छे शौक वाले जानवर होंगे, उनका शौक करवाएंगे। और उससे पहले जानवरों को क्या खिला रहे हैं जी? जानवरों को ये इन्होंने आई थिंक डाला है क्या, उसे जम्मू है ना, जम्मू है। हाँ जम्मू, जामुन डाला हुआ है जी। रेगुलर बेसिस पे नहीं है लेकिन कभी कभार ये डालते हैं। बाकी चराई इनकी अच्छी है तो जानवर दिखाते हैं अभी आपको। और कुछ अब्बा के दोस्त हैं, बड़े शौकीन हैं जी अभी भी और रहे भी हैं, बड़ा नाम है उनका इस फील्ड में, तो उनसे भी आपकी गप लगवाते हैं जी। हाँ जी अब्बा जी, जरा तारफ करवाओ जी। तारफ सब तो पहले साढ़े माशाल्लाह बड़े प्यार वाले जी ने और पाकिस्तान के शौकीनी जी ने, जिन्होंने जिला उकाड़े दे विच शौक करवाया ते कीता वा। हाजी परवेज साहब ने, बाकी इन्हों तो पुछो की नाम की जी। सर जी क्या नाम है जी अपना? मेरा नाम जी हाजी परवेज है जी। जी अल्लाह जन्नत नसीब करे। माशाल्लाह चौरी लतीफ साहब जी जेडे बकर दे लिहाज नाल बहुत सूझबूझ रखते सी। हाँ जी। और मैं तो उन्होंने अपने बड़े भाई सन या छोटे सन उन्होंने बहुत इज्जत एहतराम की नगर ना देखना। उन्होंने मैनू ये रस्ता दिखाया है कि हाजी परवेज तुसी चंगे भले आदमी हो ते तुसी जिहड़ा ना शौक करो हाई लेवल का। सही। वो फिर मैनू लैके तुरे पूरा पाकिस्तान असीं फिरे, हर घर जिथों भी चंगी तो चंगी बकरी लभी वो असीं लियांदी ते उसों फिर जिहड़ा ना असीं अगला प्रोग्राम साडा चलिया। जिला साहिवाल दे विच दो बकरियां ਪਿੱਖੀਆਂ ਆਈਆਂ ਸੀਗੀਆਂ ਕਾਲੀਆਂ। ਸਹੀ। ਜਿਹੜੀਆਂ ਬੱਕਰੀਆਂ ਸੀ ਨਾ ਮੈਂ ਜਾ ਕੇ ਦੱਸੀਆਂ ਸੀਗੀਆਂ ਕਾਲੇ ਗੁੱਜਰ ਨੂੰ, ਪੱਪੂ ਹਾਜੀ ਪੱਪੂ ਦੇ ਭਰਾ ਨੂੰ। ਉਹਨੇ ਨਾਲ ਲੈ ਕੇ ਸ਼ਬੀਰੇ ਮਾਛੀ ਨੂੰ ਨਾਲ ਲੈ ਕੇ ਲਿਆਇਆ ਸੀ ਉੱਥੋਂ ਉੱਥੋਂ ਜਾ ਕੇ ਪਿੱਖੀਓਂ ਸ਼ੇਖੂਪੁਰਿਓਂ। ਸਹੀ। ਉਹ ਬੱਕਰੀਆਂ ਆ ਗਈਆਂ ਫਿਰਦੀਆਂ ਫਿਰਦੀਆਂ ਜ਼ਿਲ੍ਹਾ ਸਾਹਿਵਾਲ ਦੇ ਵਿੱਚ ਬਕਰੀ ਮੁਖਤਸਰ ਕਿੱਸਾ ਇਹ ਕਿ ਅਸੀਂ ਲੈ ਲਈ ਲੈ ਕੇ ਤੇ ਫਿਰ ਭਾ ਲਤੀਫ ਦੇ ਵਰਡ ਸਨ ਅਲਫਾਜ਼ ਸੀ ਇੰਜ ਕਿ ਮੈਂ ਅੱਜ ਜਿਵੇਂ ਬੇਨਜ਼ੀਰ ਵਿਆਹ ਹੀ ਲਿਜਾਂਦਾ। ਸਹੀ। ਉਸ ਬੱਕਰੀ ਦੇ ਫਿਰ ਅੱਗੋਂ ਪੱਠਾਂ ਹੋਈਆਂ ਜਿਨ੍ਹਾਂ ਨੇ ਪੰਜਾਬ 'ਚ ਨਾਂ ਪੈਦਾ ਨਾਮ ਕੱਢਿਆ। ਉਹ ਪੱਠ ਜਿਹੜੀ ਆਜੀ ਸਾਹਿਬ ਦੀ ਅੱਜ ਜਿੱਥੇ ਦੁੱਧ ਵਿਹਾੜੀ ਜਾਣਾ ਪਿਆ ਵਾਂ, ਵਿਹਾੜੀ ਨਹੀਂ ਜਾ ਰਿਹਾ, ਵਿਹਾੜੀ ਜਿੰਨਾ ਵਾਂ ਬੱਲਾ ਬੱਕਰਾ ਐਸਾ ਸਾਹਿਬ ਦੇ ਘਰੋਂ ਗਿਆ। ਸਹੀ। ਆ ਰਾਣਾ ਸ਼ਬਾਜ਼ ਨੂੰ ਬੱਕਰੀਆਂ ਦੀ ਪਹਿਚਾਣ ਕਰਨ ਵਾਲਾ ਇਹ ਬੰਦਾ। ਸਹੀ। ਬੱਕਰੇ ਬਹੁਤ ਬਹੁਤ ਅੱਛੇ ਜਿੱਥੋਂ ਜਿੰਨੇ ਦਾ ਵੀ ਮਿਲਿਆ, ਮੈਂ ਤੇ ਚੌਧਰੀ ਲਤੀਫ ਉਹਨਾਂ ਦੀਆਂ ਹੀ ਸਾਰੀਆਂ ਜਿਹੜੀਆਂ ਨਾ ਚੋਰੀ ਲਿਆਸ ਗੁੱਜਰ ਦੇ ਘਰੋਂ ਲਿਆਉਂਦਾ ਰਿਹਾ, ਬਾਬੇ ਚੂੜੇ ਕੋਲ ਲਿਆਉਂਦਾ ਰਿਹਾ, ਹਾਫਸਾ ਬਾਦੋ ਜਿਹੜੇ ਖੁਸ਼ੀ ਕੋਈ ਗੁੱਜਰ ਕੇ ਉਹਨਾਂ ਦੇ ਘਰੋਂ ਲਿਆਉਂਦਾ ਰਿਹਾ। ਔਰ ਬੱਕਰੀ ਜਿਹੜੀ ਨਾ ਬਿੱਲੂ ਲੈ ਗਿਆ, ਜਿਹੜੀ ਸਭ ਤੋਂ ਵੱਡਾ ਕੱਦ ਵਾਲੀ ਬੱਕਰੀ ਕਾਲੀ ਡੱਬੀ। ਕਾਲੀ ਡੱਬੀ ਇਹ ਆਜੀ ਸਾਹਿਬ ਨੂੰ ਪੁੱਛ ਉਹ ਕੀ ਚੀਜ਼ ਸੀ ਕਿਵੇਂ ਸੀ ਇਹਦੇ ਘਰ ਨਹੀਂ ਬੱਕਰੀ, ਅੱਜ ਉਹ ਬੱਕਰੀ ਪੈਦਾ ਹੀ ਨਹੀਂ ਹੁੰਦੀ, ਉਹ ਪਿੱਖੀ ਵਾਲੇ ਬੱਕਰੀਆਂ ਦੇ ਵਿੱਚੋਂ ਸੀਗੀ, ਉਹ ਅੱਜ ਬੱਕਰੀ ਪੈਦਾ ਹੀ ਨਹੀਂ ਹੁੰਦੀ, ਉੱਥੇ ਪਿੱਛੇ ਵੀ ਨਹੀਂ ਹੈਗਾ ਔਰ ਹੁਣ ਤੁਸੀਂ ਇਹਨਾਂ ਜਿਹੜੀਆਂ ਬੱਕਰੀਆਂ ਵਿੱਚ ਆਏ ਨਾ ਇਸ ਟਾਈਮ, ਇਹਨਾਂ ਦੀਆਂ ਬਰੀਕੀਆਂ ਵੇਖ, ਹੱਡੀਆਂ ਵੇਖ, ਚੱਪੜਾਂ ਵੇਖ, ਜਿਵੇਂ ਸ਼ਿਵਪੁਰੀਆਂ ਬੱਕਰੀਆਂ ਮੈਂ ਕਹਿੰਦਾ ਹੁੰਦਾ ਨਾ ਇਹ ਉਸ ਬਲੱਡ ਦੀਆਂ ਬੱਕਰੀਆਂ ਨੇ।
ਬਰੀਕ ਹੋਣਗੀਆਂ ਦੁੱਧ ਇਹਨਾਂ ਦਾ ਝਾੜ ਹੋਏਗਾ ਜਿਵੇਂ ਫੁੱਟਬਾਲ ਹੋਏ ਨੇ ਖਿਲਿਆ ਵਿਖਾਉਣਾ ਕੁਛ ਤੇ ਕੱਢਣਾ ਕੁਛ ਤੇ ਅੱਜ ਸਾਹਿਬ ਨੇ ਬੱਕਰੇ ਵੀ ਰੱਖੇ ਨੇ ਜਿਹੜਾ ਜਿਹੜਾ ਕੜ ਦੇ ਵਿੱਚ ਨਾ ਮੱਥਣ ਬੱਕਰਾ ਸੀਗਾ ਇਹ ਅੱਜ ਸਾਹਿਬ ਦਾ ਸੀਗਾ ਇਹਦਾ ਤੇ ਰਾਣੇ ਸ਼ਬਾਜ ਦਾ ਸ਼ੌਕ ਇਹਨਾਂ ਨੇ ਰਲ ਕੇ ਕੀਤਾ ਜਿਹੜਾ ਔਰ ਕਾਫੀ ਦੋਸਤ ਨੇ ਮੁੰਡੇ ਆ ਸਾਡੇ ਨੇ ਇਹਨਾਂ ਦੇ ਨਾ ਨਾਲ ਕਰਦੇ ਪਏ ਅੱਜ ਸਾਹਿਬ ਤੁਸੀਂ ਮਾਸ਼ਾਅੱਲਾ ਅੱਲਾ ਪਾਕ ਤੰਦਰੁਸਤ ਤੁਹਾਡੇ ਬੜੇ ਬੜੇ ਸ਼ੇਰ ਬੰਦੇ ਤੇ ਮੈਂ ਅੱਜ ਮੈਂ ਤੇਰੇ ਡੇਰ ਤੇ ਵੇਖੇ ਆ ਜੀ 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 ਚੋਰੀ ਲਿਆਸ ਗੁੱਜਰ ਸਾਹਿਬ ਵੀ ਆਉਂਦੇ ਰਹੇ ਨੇ ਜੀ ਜੀ ਤੇ ਮਾਸ਼ਾਅੱਲਾ ਇੱਕ ਤੁਹਾਡਾ ਬੇਲੀ ਵੀ ਆ ਬਿਲੂ ਗਾਨੀ ਵਾਲਾ ਜੀ ਜੀ ਸਾਰੇ ਦੋਸਤ ਅਹਿਬਾਬ ਜਿਹੜੇ ਤੇ ਲਤੀਫ ਹੁਣੀ ਜਿਹਨੇ ਔਰ ਲਤੀਫ ਸਾਹਿਬ ਵੀ ਆਉਂਦੇ ਰਹੇ ਨੇ ਭਾਈ ਜੱਗਾ ਜਿਹੜਾ ਨਾ ਉਹ ਬਹੁਤ ਅੱਛੇ ਬੜੇ ਅੱਛੇ ਸਨ ਬੜੀ ਅੱਛੀ ਸ਼ਖਸੀਅਤ ਦੇ ਮਾਲਕ ਸਨ ਉਹਨਾਂ ਦਾ ਬੇਟਾ ਕੀ ਬਾਤ ਆ ਯਾਰ ਮਾਸ਼ਾਅੱਲਾ और इन्हों का हम शौक करो जिन्हें एचएमएम बनाई खड़े हैं सबसे पहले बकरे दिखाएंगे जी बकरे हाँ दोनों बकरे निकाल लो एक साइड इन्हें भी निकाल लो उन्हें भी निकाल लो इन खड़े चलो खड़ो जी बकरे दी ना मेन लकड़ वेखी नहीं होंदी आ सही है दंदो किन्ना होना जी अठ दा नहीं होना नहीं नहीं छिग्गा छे दांत ओ छिग्गा होना जी अठ नहीं ओ चौगा दूसरे नंबर पे जी ये आ गया सबसे पहले आपको इनके बकरों का शौक करवाएंगे और फिर इनसे पूछेंगे कि इनका ताल्लुक किस ब्लड से है जी ये मुंह से छह दांत है जी ये वाला और ए मुंह कितने जी ये चार दांत है ठीक है जी की खास तो बात है ना की चार चार ठीक है जी माशाल्लाह अच्छा किस वजह तो मतलब एक चीजें खास ने इनच दूध है दूध ब्रीडिंग दूध दूध हड्डी सीधी बधराइया सही है रिश्ता की लगता जेड़ा मैं बच्चा खड़े भाई को और कान शान बिल्कुल साफ है स्ट्रेट है ऊपर से और माशाल्लाह जी माशाल्लाह अच्छा इसका ताल्लुक केड़ा बाप को बकरा दसो जी थोड़ा आइडिया दो किस बकरे का पुत्र है जी ये बकरा असी बकरा लिया चौरी अलियास गुजर को ठीक है मलंगा उसी उनका नाम रखा सी उनके अगो बच्चे सी सही है बच्चे फिर माल जेड़ा मैं बकरा शबाज दे माल दे विच छड्या सी ठीक है उनके जो दो बच्चे पैदा हुए एक उन्हें बच्चा उन्हें बेचिया छे चक वाले नू जिन्हें इंदा भाई 11.5 लाख रुपया बेचिया अच्छा जो दिलशाद ना दिलशाद वाला सही है 11.5 लाख दा सही है और इंदा जेड़ा प्यो सी ओ उथे तुहाडे ਕਾਦਰਾਬਾਦ ਗਿਆ ਅੱਛਾ ਅੱਛਾ ਡੁੱਡਾ ਡੁੱਡਾ ਬਕਰਾ ਡੁੱਡਾ 8 ਲੱਖ ਰੁਪਏ ਦਾ ਇਹ ਉਹ ਡੁੱਡੇ ਦਾ ਪੁੱਤਰ ਇਹ ਉਸ ਦਾ ਬੱਚਾ ਜੀ ਇਹ ਅਸਲ ਦੋ ਭਾਈ ਸੀ ਛੋਟੇ ਮੈਂ ਵੇਖੇ ਛੋਟੇ ਉਹ ਇੱਕ ਜਿਹੜਾ ਸੀ ਉਹ ਜ਼ਾਇਆ ਹੋ ਗਿਆ ਸੀ ਅੱਲਾ ਨੂੰ ਪਿਆਰਾ ਹੋ ਗਿਆ ਉਹ ਮਰ ਗਿਆ ਸੀ ਮਾਸ਼ਾਅੱਲਾ ਇਹ ਹੁੰਦਾ ਬੱਚਾ ਬਹੁਤ ਅੱਛੀ ਚੀਜ਼ ਹੈ ਇਹ ਅਸਲ ਆ ਬਕਰਾ ਕਿਹੜੇ ਦਾ ਇਹ ਬਕਰਾ ਇਹਦਾ ਪਿਓ ਆਪਣਾ ਕਿਹੜਾ ਸੀ ਉਹ ਪਿੱਲਾ ਦਾ ਪਾ ਉੱਥੇ ਗਿਆ ਰਿਹਾ ਇਹ ਬਕਰਾ ਬਲੋਚ ਕੋਲ ਬਲੋਚ ਕੋਲ ਪਿੱਲਾ ਦਾ ਪੁੱਤਰ ਬਿੱਲੋ ਦਾ ਪੁੱਤਰ ਹਾਂ ਬਿੱਲੋ ਦਾ ਪੁੱਤਰ ਤੇ ਮਾਂ ਇਹਦੀ ਵੀ ਬਹੁਤ ਅੱਛੀ ਹੋਈ ਸਾਡੇ ਘਰ ਸਹੀ ਹੈ ਇੱਧਰ ਲਿਆਓ ਜ਼ਰਾ ਸਾਈਡ ਤੇ ਚਲਾਉਂਦੇ ਹਾਂ ਜੀ ਨਹੀਂ ਜੀ ਬੱਕਰੇ ਦੇਖੇ ਲੈਂਥ ਦੇਖੇ ਸਰ ਸੇ ਲੈ ਕੇ ਦਮ ਤੱਕ ਦੇਖ ਲੈ ਮਾਸ਼ਾਅੱਲਾ ਕਿੰਨੀ ਸਟ੍ਰੇਟ ਚੀਜ਼ ਹੈ ਔਰ ਸੈਕਿੰਡ ਨੰਬਰ ਪੇ ਇਹ ਵਾਲਾ ਜੀ ਬੱਚਾ ਉਹਨੂੰ ਅੱਗੇ ਚਲਾਓ ਜ਼ਰਾ ਵੀ ਇਹਨਾਂ ਦੀਆਂ ਪੱਠਾਂ ਨਾ ਫੰਡਾ ਦੋਦੇ ਨਾਲੀਆਂ ਨੇ ਉਹਨੂੰ ਕੱਲੇ ਨੂੰ ਸਹੀ ਹੈ ਜੀ ਬੱਕਰੀ ਕਿੱਥੇ ਦਾ ਚਲੋ ਛੋੜ ਦੇ ਜੀ माशाल्लाह जी अच्छा इसके कोशिश करेंगे अगर कोई बच्चे हैं वो भी दिखाओ उठे ले आओ एक वो ले आ भाई देख ले आ ये आ जाओ चलो ए आई आज की अच्छा आज की जी आज की अब पाठ निकी भी दिखाओ ए देना थले निगाह मां थले पोता तो भी चटा अशरफ आया ये भी दिखाते हैं जी आपको
कमरी वाली जी लाल की छोटी पाट और जड़ियां करना ले पठाने ऑर्डर दिखाता हूं आपको इसका सोनिया वो दिखा ये देखें अभी तैयार होना है और एक और क्वेश्चन करते हैं इनसे। अच्छा सर जी तुसी अपने कैरियर च ज्यादा तो ज्यादा बकरी कितना दूध दिंदी देखी जेड़ा हकीकत 24 घंटे दा दूध होवे हकीकत दूध जेड़ी बकरी डंग दा 3 किलो दवे ना ये हकीकत दी मैं गल कर रहा सही है लोग तो बड़ियां-बड़ियां गल्लां मारदे साडे कोई ऐसी भी बकरी है के 5 किलो दूध भी दिंदी है सही है आगे समझ आंदा कद छोटा है हुंदा ठीक है ते ए जेडियां मेरीयां बकरियां जिन्हां दा तुहानू मैं पहले जिक्र कीता है हां जी ओ 5-5 किलो दीयां मालक सन सही है जेडी चौधरी दित्ती सी मैं लतीफ नूं लतीफ कोलों फिर लै गया ओ बिल्लू लै गया बिल्लू लै गया ओंदी मां थल्लों असीं 5-5 किलो दुद्ध चोंदे रहे हां सही है जी ਅਗੀ ਸੰਗ ਮਾਂ ਨਾਲੋਂ ਬੇਟੀ ਵੀ ਪਾਲਦੀਵ ਕੋ ਨਾ ਉਸ ਤੋਂ ਬਾਅਦ ਦੋ ਬੱਕਰੀਆਂ ਸੀ ਚੋਰੀ ਲਤੀਫ ਕੋ ਲਈਆਂ ਅੱਲਾ ਪਾਕ ਉਹਨਾਂ ਨੂੰ ਜੰਨਤ ਜਗ੍ਹਾ ਤਾ ਫਰਮਾਏ ਉਸ ਬੱਕਰੀਆਂ ਨੇ ਫਿਰ ਬੜਾ ਨਾਮ ਪੈਦਾ ਕੀਤਾ ਅੱਜ ਕੱਲ ਜਿੰਨੀ ਵੀ ਬਰੀਡ ਹੈਗੀ ਨਾ ਜ਼ਿਆਦਾ ਉਹ ਕੱਕੀ ਕੋਲ ਉਹਨਾਂ ਬੱਕਰੀਆਂ ਦੀ ਮਾਸ਼ਾਅੱਲਾ ਯਾਨੀ ਕਿ ਉਹ ਜਿਹੜੀਆਂ ਪਹਿਲਦੀਫ ਨੇ ਬੱਕਰੀਆਂ ਭਾਈ ਲਤੀਫ ਕੋ ਲਈਆਂ ਸੀ ਬੱਕਰੀਆਂ ਦੋ ਨਹਿਰ ਦੇ ਉੱਤੇ ਹਾਂਜੀ ਤੇ ਭਾਈ ਮੈਂ ਇਹਨੂੰ ਜੱਗੇ ਨੂੰ ਨਾਲ ਲੈ ਕੇ ਗਿਆ ਨਾਲ ਲੈ ਗਿਆ ਜਿਹਨੂੰ ਅਸੀਂ ਲੋਹੀ ਕਹਿੰਦੇ ਹਾਂ ਹਾਂਜੀ ਲੋਹੀ ਉਹ ਭਾ ਲਤੀਫ ਦੇ ਘਰ ਦੀ ਏ ਤੇ ਉਸ ਤੋਂ ਬਾਅਦ ਫਿਰ ਇੱਕ ਲਾਲ ਡੱਬੀ ਸੀ ਹਾਂਜੀ ਫਿਰ ਇੱਕ ਵਾਰੀ ਇੱਥੇ ਸਟੈਂਡ ਬਹਾਦਰ ਨਗਰ ਹਾਂਜੀ ਉੱਥੇ ਫਿਰ ਨਮਾਇਸ਼ ਲੱਗੀ ਸੀ ਨਮਾਇਸ਼ ਦੇ ਵਿੱਚ ਫਸਟ ਸੈਕੰਡ ਥਰਡ ਤਿੰਨੇ ਇਨਾਮ ਸਾਡੇ ਸਨ ਇਹਨਾਂ ਦੇ ਸਹੀ ਯਾਰ ਇਹ ਵੀ ਯਾਨੀ ਕਿ 15 ਨਾਮ ਸੀਗੇ ਜਿਨ੍ਹਾਂ ਚੋਂ ਅਸੀਂ 9 ਚੱਕੇ ਸੀ ਹਾਂ 9 ਅਸੀਂ ਚੱਕੇ ਘੋੜਿਆਂ ਦਾ ਰਕਸ ਤੇ ਅਸੀਂ ਪਿੰਜ ਪੰਡ ਚ ਬੰਨ ਕੇ ਲਿਆਂਦੇ ਸੀ ਪੰਡ ਹੀ ਬੰਨ ਕੇ ਕੀ ਬਾਤ ਆਪ ਤੇ ਔਰ ਇਨਾਮਾਤ ਇੱਕ ਮਾਸ਼ਾਅੱਲਾ ਗੱਲ ਵੀ ਕਰਨੀ ਚਾਹੀਦੀ ਹੈ ਇੱਕ ਚੋਰੀ ਲਤੀਫ ਦੀ ਬੱਕਰੀ ਸੀ ਉਹਨਾਂ ਚ ਮੇਰੀਆਂ ਦੋ ਪਠਾਂ ਗਈਆਂ ਇਹਨਾਂ ਆਇਸ਼ ਸਾਹਿਬ ਦੀਆਂ ਦੋ ਤਿੰਨ ਮੇਰੀਆਂ ਪਠਾਂ ਗਈਆਂ ਹੈਗੀਆਂ ਯਾਨੀ ਕਿ 9 15 ਚ 9 ਨਾਮ ਟੋਟਲ ਜਣਾ ਵਾਲਾ ਤਿੰਨ ਜ਼ਿਲ੍ਹੇ ਵਾਲਾ ਤਿੰਨ ਚੋਂ ਜ਼ਿਲ੍ਹਿਆਂ ਦਾ ਜ਼ਿਲ੍ਹੇ ਸੀ ਉਹ ਬੱਕਰੇ ਆਏ ਸੀ ਤਿੰਨ ਜ਼ਿਲ੍ਹੇ ਉਹਨਾਂ ਦੇ ਅਜੇ ਸਾਡੇ ਕੋਲ ਕੱਪ ਵੀ ਪਏ ਉਹਨਾਂ ਵਿੱਚ ਬੱਕਰੇ ਦਾ ਜਿਹੜਾ ਵੱਡਾ ਸਾਨ ਸੀ ਉਹਦਾ ਸਾਨੂੰ ਇਨਾਮ ਤਾਂ ਨਹੀਂ ਮਿਲ ਸਕਿਆ ਉਹਦੇ ਇੱਥੇ ਰਸੌਲੀ ਸੀ ਬਰੇਡਾ ਬੱਕਰਾ ਵੀ ਨਹੀਂ ਸੀ ਕੋਈ ਮੱਥਨ ਸੀ ਮੱਥਨ ਸੀ ਮੱਥਨ ਲਗਾਇਆ ਸੀ ਉਹ ਰਸੌਲੀ ਦੀ ਵਜ੍ਹਾ ਨਾਲ ਉਹਨਾਂ ਨੇ ਉਹ ਉਹਦੇ ਚ ਸਾਨੂੰ ਇਨਾਮ ਦਿੱਤਾ ਬਾਕੀ ਦੁੱਧ ਦੀ ਚੁਆਈ ਚ ਹੁਸਨ ਚ ਖੂਬਸੂਰਤੀ ਚ ਕੱਦ ਚ ਸਹੀ ਹੈ ਜੀ ਸਾਰੇ ਇਨਾਮ ਤਕਰੀਬਨ ਅਸੀਂ ਲੈ ਕੇ 15 ਚੋਂ 9 ਜੀ ਯਾਨੀ ਕਿ ਜਿਹਨੇ ਤਿੰਨ ਜ਼ਿਲ੍ਹਿਆਂ ਦਾ ਮੁਕਾਬਲਾ ਸੀ ਤਿੰਨਾਂ ਜ਼ਿਲ੍ਹਿਆਂ ਦਾ ਮੁਕਾਬਲਾ ਸੀ ਨਹੀਂ ਡੰਗ ਡਵੰਗਾ ਡੰਗ ਬਡੰਗੀ ਸਹੀ 1 ਕਿਲੋ ਦੁੱਧ ਵੀ ਕੱਢਿਆ ਸੀ ਬੱਕਰੀ ਸਾਡੀ ਕੱਢਿਆ ਲਾਲ ਡੱਬੀ ਲਾਲ ਜਿਹੜੀ ਚੋਰੀ ਲਤੀਫ ਦੇ ਘਰੋਂ ਆਈ ਸੀ ਸਹੀ ਹੈ ਜੀ ਮਾਸ਼ਾਅੱਲਾ ਜਿਹੜੀਆਂ ਵੀ ਗੱਲਾਂ ਅਸੀਂ ਤੁਹਾਨੂੰ ਕੀਤੀਆਂ ਹਕੀਕਤ ਕਲੀਅਰ ਯਾਰ ਮੈਂ ਤੇ ਮੁਕਣੀ ਹੈ ਇਹ ਨਹੀਂ ਕੋਈ ਕਿ ਘਰ ਜਮਾਈਆਂ ਨੇ ਜਿਨ੍ਹਾਂ ਜਿਨ੍ਹਾਂ ਦੋਸਤਾਂ ਨੇ ਜਿਨ੍ਹਾਂ ਜਿਨ੍ਹਾਂ ਅਹਿਬਾਬ ਨੇ ਸਾਨੂੰ ਇਸ ਪਾਸੇ ਲਾਇਆ ਜੀ ਸੋਹਣੀ ਸੋਹਣੀ ਪਾਟ ਵਾ ਉਹਨੂੰ ਪਰ ਨਹੀਂ ਛੱਡ ਛੱਡਦੇ ਪਰ ਨਹੀਂ ਕਹਿੰਦੇ ਕੰਨਾਂ ਲਈ ਦਿਖਣਾ ਅੱਛਾ ਜੀ तो उसके बाद जी ये पट्टियाँ दिखाते हैं आपको कोशिश करेंगे इनका बाप भी देखेंगे इन्हें उम्र वैसे कितनी कितनी होएगी जी ये सारा जो कुछ भी आज है ना हाँ जी ये चोरी लतीफ साहब दी मेहनत दा ते जी जी मोहब्बत दा नहीं तुम्हारा शौक अल्लाह ने आगे बढ़ाया वा जिन्ने भी ये मेरी कोई पहचान है ते चोरी लतीफ दी हां वजह ने बहुत अल्लाह जी अच्छा इन्हें उम्र कितनी कितनी होएगी दोनों की छोटी छोटी इन फ्यूचर अच्छे दूध वाली बनेगी और इस बकरे की ये पट्टे हैं जी ये है जी वो मेल इसका रिजल्ट देखें सही है जी माशाल्लाह सींग देखें चौड़ा चुपटा सींग है तगड़ा सींग है गर्दन से लेके दुम तक की इसकी पतराई सफाई देख लें लेंथ देख लें बहुत अलग चीज है माशाल्लाह बाकी ये है जी इसका रिजल्ट छोड़ें जी चलें जी माशाल्लाह ਠੀਕ ਹੋ ਗਿਆ ਬੱਕਰੀ ਜਿਹੜੀ ਵੇਖੀਗਾ ਨਾ ਜੰਦਰੀ ਥਲੋਂ ਅੰਜ ਮੈਂ ਜਿਵੇਂ ਗਾੜਮਾ ਚੱਡਾ ਕੇ ਤਾਂ ਮੈਂ ਪੋਲਾ ਚੱਡਾ ਨਹੀਂ ਹੋਏਗਾ ਸਹੀ ਜ਼ਿਆਦਾ ਸ਼ੌਕ ਨਗਰੇ ਰੰਗ ਦੇ ਰੱਖਦੇ ਨੇ ਜੀ 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 ਸਹੀ ਨੇ ਯਾਰ ਇਹ ਤਾਂ ਦੇਖ ਇਹ ਦੇਖਣ ਜੀ ਐ ਹਣ ਪਠਾ ਵਾ ਮਾਸ਼ਾਅੱਲਾ ਇਹ ਦੇਖ ਇਹਨੂੰ ਮੈਨੂੰ ਦੱਸਿਆ ਵੀ ਜਿਹੜਾ ਜਿਹੜਾ ਕਾਰੀਗਰ ਹੈ ਅਣਜਾਣ ਬੰਦੇ ਨੂੰ ਕੀ ਪਤਾ ਇਹਦਾ ਸਹੀ ਹੈ ਜੀ ਸਿੰਗ ਮੂੰਹ ਕੰਨ ਨੱਕ ਲੱਕੜਾਂ ਜਿਹੜੀਆਂ ਨਾ ਟੋਪੀਆਂ ਬੱਕੀਆਂ ਨੇ ਸਿੱਧੀਆਂ ਕੋਈ ਐ ਨਹੀਂ ਹੁੰਦਾ ਵੀ ਕੱਦਾਂ 'ਚ ਨਹੀਂ ਪਿਆ ਹੁੰਦਾ ਜਿਹੜਾ ਹੁੰਦਾ ਮੇਨ ਬੱਕੀ ਦੀ ਲੱਕੜ ਵੇਖਣੀ ਚਾਹੀਦੀ ਸਿੱਧੀ ਬਰੀਕ ਪਟਾਂ ਛਟਾਂ ਨੂੰ ਵੇਖ ਕੇ ਗਾੜਮਾ ਚੱਡਾ ਗੁੱਲਿਆਂ ਵਾਲੇ ਥਣ ਯਾਨੀ ਕਿ ਜਿਹੜੀ ਇਹ ਬਲੱਡ ਇਹਨਾਂ ਬੱਕੀਆਂ ਦਾ ਇਹਨਾਂ ਦੇ ਵਿੱਚੋਂ ਨਾ ਅਗਾਂ ਭੜੀਆਂ ਬੱਕੀਆਂ ਪਰ ਬਣਦੀਆਂ ਉਹ ਦੁੰਦੀ ਵਾਲੇ ਪਾਸੇ ਉਹ ਜਿਹੜੇ ਬੱਚੇ ਦੇ ਹੱਥ 'ਚ ਇਹ ਜਿਹੜੀ ਚਾਰਵੇਂ ਆ ਗਈ ਮਾਸ਼ਾਅੱਲਾ ਇੱਕ ਦਫਾ ਸੋਈ ਹੋਈ ਹੈ ਜੀ ਹਾਂ ਮਾਸ਼ਾਅੱਲਾ ਜੀ ਸਹੀ ਹੈ ਜੀ
बारीकी मिलेगी आपको इनकी नस्ल में। नहीं बस ठीक है, मैं जानवर दिखा देना उस तो बस ठीक है। बाकी का तो बाकी जानवर मैं आपको ऊपर से दिखा देता हूँ। खूबसूरत चीज़ें हैं। ज़्यादा मकसद एक तो चलें शौक हो गया कुछ बकरों का इनके ब्रीडरों का, बाकी साथ बकरियाँ दिखा दी हैं। होप सो आपको वीडियो पसंद आई होगी। वीडियो एंड करते हैं, मिलते हैं नेक्स्ट वीडियो में, तब तक के लिए अल्लाह हाफिज़। सब तो पहले खुती वेख्या करो अगे ना हथ मार के खुती कि बकरी दी है। सही है भी, जानी के जिदी खुती होगी दुध भी उन्हें देना वा। तीन चाक जी ठीक है।